ਮੌਕੇ ਉੱਤੇ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਹੋਲੀਡੇ ਇਨ ਹੋਟਲ ਵਿੱਚ ਲਗਾਇਆ ਗਿਆ ਅਵਧੀ ਫੂਡ ਫੈਸਟੀਵਲ, ਜੋ ਕਿ ਨਵਾਬਾਂ ਦੇ ਸ਼ਹਿਰ ਲਖਨਊ ਦਾ ਖਾਨੋਰ ਵਧੀਆ ਪਕਵਾਨ ਤਿਆਰ ਕੀਤੇ ਗਏ। ਹੋਟਲ ਦੇ ਮੈਨੇਜਰ ਰਵਿੰਦਰ ਨਾਥ ਨੇ ਦੱਸਿਆ ਕਿ ਲਖਨਊ ਦੇ ਵਿਅੰਜਨ ਸ਼ਹਿਰ ਵਾਸੀਆਂ ਨੂੰ ਪਸੰਦ ਆਉਣਗੇ। ਇਸ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਪਕਵਾਨ ਹਨ। ਸ਼ਾਕਾਹਾਰੀ ਵਿੱਚ ਦਾਲ ਮੱਖਣੀ, ਪਨੀਰ ਸੁਰਖ ਮਸਾਲਾ ਟਿੱਕੀਆਂ, ਪਨੀਰ ਖੁਸ਼ਰੰਗ ਟਿੱਕੀਆਂ ਅਤੇ ਮਾਸਾਹਾਰੀ ਵਿੱਚ ਲਖਨਊ ਦੇ ਮਸ਼ਹੂਰ ਸ਼ੋਰਬਾਏ ਅਯੁੱਧਿਆ ਅਤੇ ਮੁਰਗ ਕਲਮੀ ਕਬਾਬ ਪਰੋਸੇ ਗਏ ਅਤੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਖੂਬ ਲਖਨਵਾਈ ਖਾਣੇ ਦਾ ਆਨੰਦ ਮਾਣਿਆ। ਅਵਧੀ ਫੂਡ ਫੈਸਟੀਵਲ ਇਜ਼ ਬੇਸਿਕਲੀ ਲਖਨਊ ਫੂਡ ਫੈਸਟੀਵਲ ਦੈਟ ਲਖਨਊ ਕਿਜ਼ਿਨ ਦੈਟ ਐਸ ਸੇਵ ਇਨ ਫਰਮ ਸੇਵ ਐਂਡ ਫਰਮ ਯੂ ਦੈਟ ਲਖਨਊ ਟਾਈਪ ਆਫ ਨਵਾਬੀ ਮੁਗਲਾਈ ਟਾਈਪ ਆਫ ਫੂਡ ਯੂ ਕੈਨ ਹਮ ਇਧਰ ਸਰਵਿਸ ਕਰੇਂਗੇ ਦੈਟ ਲੋਕਲ ਗੈਸਟ ਦੈਟ ਸਿਟੀ ਕਾ ਸਿਟੀ ਸਿਟੀ ਗੈਸਟ ਕੇ ਲਈ ਇੱਕ ਬੈਸਟ ਅਪਰਚੁਨਿਟੀ ਹੈ ਜੋ ਲਖਨਊ ਕੁਜ਼ੀਨ ਫੂਡ ਉਹ ਅੰਮ੍ਰਿਤਸਰ ਮੇਂ ਮਿਲ ਜਾਏਗਾ। ਸਿਟੀ ਫੂਡ ਲਵਰ ਕੇ ਲਈ ਇੱਕ ਬਿਗ ਅਪਰਚੁਨਿਟੀ ਜੋ ਇਧਰ ਅਥੈਂਟਿਕ ਲਖਨਊ ਫੂਡ ਸਰਵਿਸ ਕਰੇਂਗੇ ਹਮ ਔਰ ਗੈਸਟ ਆ ਕੇ ਇਧਰ ਸੇ ਉਹ ਸਵਾਦ ਲੈ ਸਕਤਾ ਹੈ। ਨਿਊਰੀ ਟਿੱਕਾ ਦੈਟ ਬਿਰਿਆਨੀ ਐਂਡ ਸਮ ਯਕਨਿਕ ਸ਼ੋਰਬਾ ਐਂਡ ਮੈਨੀ ਸਪੈਸ਼ਲ ਡਿਸ਼ਿਜ਼ ਇਜ਼ ਦਰ ਫਰੋਮ ਸੇਫ ਸਾਈਡ।